بسم اللہ الرحمن الرحیم. السلام علیکم, میں ہوں طاہر فیض اور آپ دیکھ رہے ہیں یوٹیوب چینل. دوستوں, میرے ایک دوست ہیں فروغ گجر صاحب, تو بہت ہی اچھے اور بہت ہی زبردست آدمی ہیں. انہوں نے تھوڑی دیر پہلے مجھے کال کی تھی کہ ہمارے گھر آئے. ابھی میں پہنچ چکا ہوں فروغ بھائی کے گاؤں اور فروغ بھائی کے پاس, تو چلیے فروغ صاحب سے ملتے ہیں. السلام علیکم فروغ بھائی, کی حال ہے؟ ٹھیک ہو؟ صحت بھی ٹھیک ہے؟ ابھی فروغ بھائی ہمیں بتائیں گے کہ جو آؤٹنگ کا پروگرام ہے وہ. ابھی ہم جا رہے ہیں, ادھر ایک گاؤں ہے جاتلے, جاتلا ماجرا. جی جی. جو ہمارے باؤ جداد کا گاؤں ہے. صحیح. وہ اس گاؤں کا اکثر ذکر کرتے رہتے ہیں ہمارے باؤ جداد. صحیح. ہم ادھر سے آئے ہوئے ہیں. یہ گاؤں تحصیل شکرگاٹھ ضلع ناروال میں واقع ہے. تو ابھی ہم آغاز کریں گے گاؤں جاتلا, اور ادھر جا کے آپ کو مزید جاتنے کے متعلق بتائیں گے. شکریہ. تو چلیے دوستو, ابھی ہم نکلتے ہیں یہاں سے. اس وقت جو ہماری لوکیشن ہے, اسیں اس وقت ناروال دے قریب تھانہ شاہ غریب دے بالکل قریب ہاں. تے اس تو اگے اسیں جڑا سفر کرنا ہے وہ ٹوٹلی سفر کرنا ہے جاتلے دی طرف. تے جاتلے دا سفر نال تانوں وی بہانے ہاں کہ جاتلا کنی کی دور ہے. تے امید کرنے ہیں تم ساری ویڈیو دیکھو گے تے پاکستان تے پنجاب دا کلچر دیکھ کے انجوائے کرو گے. تے ہوں اسی جاتلے دے نزدیک پہنچ چکے ہیں, تے چلو پھر دیکھ دے ہیں جاتلا کس طرح دا. دوستو, فروغ بھائی دا پنڈ ضلع سیالکوٹ تحصیل پسروٹ دے وچ واقع ہے, بلور پنڈ دا نام ہے. انہاں دے والدین, انہاں دے ابا و اجداد 200 سال پہلے تحصیل شکرگڑھ ضلع ناروال دے وچ پنڈ ہے ایک جاتلا, اتنے رہتے رہے ہیں. انہوں اج ان کے پنڈ کی خوشبو انہوں نے کھچ لیا ہے. آتے ہیں کہ اسی اپنے پنڈ کا ویو ویکھنا چاہتے ہیں, تو چلو پھر تمہیں بھی وہ پنڈ بہانے ہیں جاتلا کتنے واقع ہے. السلام علیکم. وعلیکم السلام. کی حال ہے؟ ٹھیک ہو؟ صحت بھی ٹھیک ہے؟ گورنمنٹ گرلز پرائمری اسکول جاتلا. جاتلا کوئی سیدھی نہیں ماسٹر ہوئے ہو.
ਮਾਸਟਰ ਸਾਹਿਬ ਆਪਣੇ ਇਸ ਟਾਈਮ ਇਸ ਮਾਮਲੇ ਦੇ ਵਿੱਚ ਮੇਰਾ ਖਿਆਲ ਮੁਸ਼ਕਿਲ ਹੀ ਆਪਣੇ ਕੋਲ ਇਸ ਵਕਤ ਅਸੀਂ ਜਾਤਲੇ ਪਿੰਡ ਵਿੱਚ ਪਹੁੰਚ ਚੁੱਕੇ ਹਾਂ ਅਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਕਿਸੇ ਬਜ਼ੁਰਗ ਆਦਮੀ ਨਾਲ ਮੁਲਾਕਾਤ ਕਰੀਏ ਤਾਂ ਕਿ ਸਾਨੂੰ ਸਾਡੇ ਬਜ਼ੁਰਗਾਂ ਦੇ ਮੁਤਲਕ ਮਲੂਮਾਤ ਮਿਲ ਸਕੇ। ਫਾਰੂਕ ਸਾਹਿਬ ਅੰਦਰ ਲੇਟ ਗਏ ਨੇ ਅਤੇ ਉਹਨਾਂ ਨੇ ਜਿਹੜਾ ਨਾ ਕੋਈ ਉਹਨਾਂ ਦੇ ਦੋਸਤ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਅਤੇ ਚਲੋ ਉਹਨਾਂ ਕੋਲ ਚੱਲੇ ਹਾਂ, ਮਲੂਮਾਤ ਹਾਸਿਲ ਕਰਨੇ ਹਾਂ ਕਿ ਜਿਹੜੇ ਸਾਡੇ 100 ਸਾਲ ਪਹਿਲੇ ਬਜ਼ੁਰਗ ਇੱਥੋਂ ਕੂਚ ਕਰ ਗਏ ਸਨ, ਹਿਜਰਤ ਕਰ ਗਏ ਸਨ, ਉਹਨਾਂ ਦੇ ਮੁਤਲਕ ਕੋਈ ਜਿਹੜੀ ਹੈ ਸਾਨੂੰ ਜਾਣਕਾਰੀ ਤੋਂ ਸਿੱਧੀ ਇੱਕ ਸੜਕ ਨਿਕਲਦੀਆਂ ਹਨ ਰੈਬਾ ਮੋੜ ਰੈਬੇ ਮੋੜ ਦੀ ਸਿੱਧੀ ਲਾਹੌਰ ਨੂੰ ਮਾਨਕਾ ਉੱਥੋਂ ਨੂੰ ਉਹੀ ਰੋਡ ਬਿਲਕੁਲ ਸਾਹਮਣੇ ਇੱਥੇ ਸਿੱਧੇ ਜਿਹੜੇ ਭੱਟੀਏ ਨਾਲ ਰੋਕਸ਼ੋ ਵੀ ਪਈ ਦੇ ਬਾਅਦ ਆ ਆਪਣੇ ਟੋਟੇ ਉੱਥੋਂ ਸਿੱਧੇ ਤੁਸੀਂ ਹੋ ਗਏ ਨਾ ਅਤੇ ਖਾਣ ਵਾਲੇ ਪਿੰਡ ਆ ਖਾਣ ਵਾਲਾ ਖਾਣ ਵਾਲ ਨਾਲ ਹੀ ਉਸ ਰੋਡ 'ਤੇ ਆਉਂਦੇ ਖਾਨਵਾਲ ਦੇ ਵਿੱਚ ਵੀ ਇੱਕ ਰੋਡ ਨਿਕਲਣਾ ਸੁਲਗ ਹੈ ਇੱਧਰ ਨੂੰ ਸੁਲਤਾਨਪੁਰ ਦੇ ਵਿੱਚ ਸੁਲਤਾਨਪੁਰ ਕ੍ਰਾਸ ਕਰਕੇ ਨਾਲ ਹੀ ਅੱਗੇ ਰੈਬਾ ਹੈ ਰੈਬਾ ਮੋੜ ਮੇਨ ਰੋਡ ਆ ਜ਼ਫਰਵਾਲ ਹੈਗਾ ਮੈਂ ਹਾਂ ਉਸ ਰੋਡੋਂ ਮੇਨ ਰੋਡ ਨਿਕਲਦੀ ਆ ਜ਼ਫਰਵਾਲ ਇਹ ਸਿੱਧੀ ਸ਼ਾਰਟ ਦਾ ਮੈਂ ਦੱਸੀ ਗਿਆ ਹੁਣ ਸਮਝ ਆਈ ਮੇਰੇ ਹਾਂਜੀ ਖੁਦਾ ਬਖਸ਼ ਵਲਦਰੂੜਾ ਲੋਕਾਂ ਡੰਗਰਾਂ ਨੂੰ ਪਾਣੀ ਡਾਣ ਲਈ ਬਣਾਇਆ ਦਾ ਉਹ ਬੰਦਿਆਂ ਦੇ ਨਾਮ ਸੀ ਦੋਸਤੋ ਅਸੀਂ ਜਾਤਲੇ ਤੋਂ ਹੋ ਕੇ ਨਿਕਲ ਆਏ ਹਾਂ, ਹੁਣ ਅਸੀਂ ਜਾਣਾ ਹੈ ਕਾਸਮਪੁਰੇ। ਇਸ ਤੋਂ ਬਾਅਦ ਗੱਡੀ ਚਲਾਉਣਗੇ, ਮੋਟਰਸਾਈਕਲ ਚਲਾਉਣਗੇ ਫਾਰੂਕ ਸਾਹਿਬ, ਮੈਂ ਬੈਠਾਂਗਾ ਉਹਨਾਂ ਦੇ
ਬੈਕ ਸਾਈਡ 'ਤੇ। ਅਤੇ ਚਲੋ ਫਿਰ ਚਲਦੇ ਹਾਂ। ਅੱਛਾ ਨੈੱਟ 'ਤੇ ਚੜ ਗਿਆ, ਦੁਨੀਆ ਤੈਨੂੰ ਵੇਖਿਆ ਕਿ ਤਾਂ ਰਿਸ਼ਤੇ ਵੀ ਆਉਣਗੇ ਤੈਨੂੰ, ਵਿਆਹਿਆ ਤਾ ਨਾ। ਚਲੋ ਜੀ ਹੁਣ ਅਸੀਂ ਜਾਣਾ ਹੈ ਕਾਸਮਪੁਰੇ ਅਤੇ ਅਸੀਂ ਨਿਕਲਣ ਲੱਗੇ। ਚਲੋ ਤੈਨੂੰ ਅੱਲਾ ਦੇ ਫਜ਼ਲ ਨਾਲ। ਦੋਸਤੋ ਗਰਮੀ ਕਾਫੀ ਜ਼ਿਆਦਾ, ਹੁਣ ਅਸੀਂ ਸਫ਼ਰ ਕਰਨਾ ਸ਼ੁਰੂ ਕਰ ਦਿੱਤਾ ਹੈ ਆਪਣੇ ਪਿੰਡ ਦੀ ਤਰਫ ਜ਼ਫਰਵਾਲ ਕਿੰਗਰਾ ਰੋਡ ਦੀ ਤਰਫ, ਅਤੇ 125 ਕਿਲੋਮੀਟਰ ਸਫ਼ਰ ਕਰ ਲਿਆ। ਜਿਸਮ ਬਹੁਤ ਟੁੱਟ ਚੁੱਕਾ ਹੈ, ਥਕਾਵਟ ਬਹੁਤ ਜ਼ਿਆਦਾ ਹੋ ਚੁੱਕੀ ਹੈ। ਫਾਰੂਕ ਸਾਹਿਬ ਆਲਰੇਡੀ ਇਸ ਮਸਲੇ ਦਾ ਸ਼ਿਕਾਰ ਨੇ, ਉਹਨਾਂ ਨੇ ਪੇਨ ਕਿਲਰ ਮੈਡੀਸਨ ਵੀ ਖਾ ਲਈ ਹੈ, ਅਤੇ ਹੁਣ ਅਸੀਂ ਆਪਣਾ ਸਫ਼ਰ ਜਿਹੜਾ ਨਾ ਆਪਣੇ ਘਰ ਦੀ ਤਰਫ ਸ਼ੁਰੂ ਕਰ ਦਿੱਤਾ ਹੈ। ਤੋ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਵੀਡੀਓ ਅੱਛੀ ਲੱਗੀ ਹੋਏਗੀ। ਅਗਰ ਵੀਡੀਓ ਅੱਛੀ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਘੰਟੀ ਦੇ ਬਟਨ ਨੂੰ ਪ੍ਰੈਸ ਕਰ ਲਓ ਤਾਂ ਕਿ ਨਈ ਸੋਹਣੀਆਂ ਸੋਹਣੀਆਂ ਵੀਡੀਓ ਤੁਹਾਨੂੰ ਮਿਲਦੀਆਂ ਰਹਿਣ। ਇਹਦੇ ਨਾਲ ਹੀ ਸਾਨੂੰ ਦੇ ਇਜਾਜ਼ਤ, ਅੱਲਾ ਨੇ।